ਹਾਂਜੀ ਪਰ ਇਹ ਵੀਰ ਜੀ, ਉਹ ਨਾ ਜਿੱਦਾਂ ਗੱਡੀ ਲਈ ਜਾਂਦਾ ਸੀ ਤਾਂ ਪਤਾ ਨਹੀਂ ਕੁਛ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ, ਉਹ ਐਕਸੀਡੈਂਟ ਹੋ ਗਿਆ ਜੀ, ਮੁੰਡਾ ਮੁੱਕ ਗਿਆ ਸੀ ਉਹਦੇ ਕੋਲੋਂ ਜੀ। ਉਹ ਪਾਕਿਸਤਾਨ ਦਾ ਸੀ ਜੀ, ਪਾਕਿਸਤਾਨ ਦਾ ਸੀ ਜੀ, ਉਹ ਥਾਂ ਹੀ ਮੁੱਕ ਗਿਆ। ਉਹ ਜਿੱਦਾਂ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ, ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ, ਮਹਾਰਾਜ ਨੂੰ ਪਤਾ ਹੁਣ ਵੀ ਕੀ ਗੱਲ ਬਣੀ। ਹਾਂਜੀ ਡਰਾਈਵਰੀ ਕਰਦਾ ਸੀ, ਸੁਖਚੈਨ ਸਿੰਘ ਜੀ। ਅੱਛਾ, ਕਿੰਨੇ ਸਾਲ ਹੋ ਗਏ ਦੁਬਈ 'ਚ? ਦੁਬਈ 'ਚ ਉਹਨੂੰ ਜੀ 4-5 ਸਾਲ ਹੋ ਹੀ ਗਏ ਹੁਣ, 2 ਸਾਲ ਤਾਂ ਆ ਚਾਂਸ ਹੋਏ ਨੂੰ ਹੀ ਹੋ ਚੱਲੇ ਆ, ਅਤੇ 3 ਮਹੀਨੇ 2 ਸਾਲ ਹੋ ਜਾਣੇ ਪੂਰੇ। 31 ਮਾਰਚ ਨੂੰ ਗੱਡੀ ਲੱਗੀ ਆ, 10ਵੇਂ ਮਹੀਨੇ ਆਇਆ ਸੀ, 11ਵੇਂ ਮਹੀਨੇ ਵਿਆਹ ਕੀਤਾ 18 'ਚ, ਅਤੇ 3 ਮਹੀਨੇ ਮੁੜ ਕੇ ਗੱਡੀ ਲੱਗ ਗਈ। ਅਤੇ ਜਦੋਂ ਲੜਕੀ ਨੂੰ ਹੋਈ ਤਾਂ ਤੁਸੀਂ ਫਿਰ ਕਿਹਨਾਂ ਨਾਲ ਗੱਲਬਾਤ ਕੀਤੀ, ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ? ਨਹੀਂ ਜੀ, ਨਹੀਂ ਕੀਤੀ, ਗਏ ਨਹੀਂ ਕਿਤੇ ਵੀ। ਅੱਛਾ, ਤੇ ਕਿੰਨੀ ਬਲੱਡ ਮਨੀ ਉਹਨਾਂ ਨੇ ਪਾਈ? ਉਹਨਾਂ ਨੇ 2,10,000 ਦਰਾਮ ਜੀ। ਅੱਛਾ, ਉਧਰ ਲਾਏ। ਤੇ ਹੋਰ ਕੀ ਸਜ਼ਾ ਦਿੱਤੀ ਹੈ ਨਾਲ? ਉਹ 4 ਮਹੀਨੇ ਜੀ ਜੇਲ੍ਹ ਭੁਗਤੀ ਹੈ, ਉੱਥੇ 4 ਮਹੀਨੇ ਦੀ ਸਜ਼ਾ ਸੀਗੀ। ਨਹੀਂ, ਇੱਥੇ ਲਿਖਿਆ ਹੈ ਨਾ ਪ੍ਰੈਸ ਨੋਟ 'ਚ, ਤੁਹਾਡੇ ਵਿਦੇਸ਼ 'ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ। ਜੇ ਪੈਸੇ ਨਹੀਂ ਭਰਦੇ ਫਿਰ ਕਰ ਸਕਦੇ, ਕੁਛ ਵੀ ਕਰ ਸਕਦੇ ਜੀ, ਕੁਛ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ। ਹਾਂਜੀ, ਅਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਇੱਦਾਂ ਗਰੀਬ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ। ਅਤੇ ਮਿਲੋਗੇ ਤੁਸੀਂ ਸਰਕਾਰ ਨੂੰ? ਨਹੀਂ, ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ, ਕਿੱਦਾਂ ਇੱਦਾਂ। ਰਹਿਣ ਵਾਲੇ ਕਿੱਥੇ ਹੋ ਤੁਸੀਂ? ਅਸੀਂ ਬਿੱਲੀ ਪੜਾਇਆ ਚਲੇ ਜੀ। ਇਹ ਕਿੱਥੇ ਪੈਂਦਾ? ਇਹ ਮਨਸੀਆਂ ਲਾਗੇ ਪੈਂਦਾ ਜੀ। ਬਾਬੇ ਤੁਹਾਡਾ ਨਾਮ? ਬਾਬਾ ਗੁਰਮੇਜ ਸਿੰਘ ਜੀ, ਪਿੰਡ ਬਲੀਬੜਾ ਚ, ਗੁਰਦਾ ਪਾਸ਼ੇ ਸਤਵੀਂ। ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ? ਹਾਂਜੀ, ਸਾਡੇ ਗੁਰਦਾ ਸਾਹਿਬ ਵਿਖੇ ਗ੍ਰੰਥੀ ਸੇਵਾ ਕਰਦੇ ਸੀ ਭਾਈ ਗੁਰਮੁਖ ਸਿੰਘ ਜੀ, ਉਹਨਾਂ ਇੱਕ ਬੇਟਾ, ਉਹਦਾ ਨਾਂ ਸੁਖਚੈਨ ਸਿੰਘ। ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਆ। ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀ ਨਵਜੋਤ ਕਰ ਨੇ ਪੈਸੇ ਇਕੱਠੇ ਕਰਕੇ ਰੇਸ਼ਮ ਤੋਂ ਲੈ ਕੇ ਅਤੇ ਮਦਦ ਕੀਤੀ, ਅਤੇ ਉਹਨਾਂ ਨੂੰ ਬਾਹਰ ਭੇਜਤਾ ਦੁਬਈ। ਦੁਬਈ ਉਹ 3 ਸਾਲ ਲਾ ਕੇ ਵਾਪਸ ਆਇਆ, ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ। ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15-20 ਦਿਨ ਬਾਅਦ ਦੁਬਈ ਚਲਾ ਗਿਆ, ਅਤੇ ਉਸ 'ਤੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ, ਜੋ ਗੱਡੀ ਲੈ ਕੇ ਜਾਂਦਾ ਸੀਗਾ, ਅਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ, ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ, ਉਹ ਗੱਡੀ ਥੱਲੇ ਆ ਗਿਆ, ਉਹਦੀ ਮੌਤ ਹੋ ਗਈ। ਫਿਰ ਇਹਨੂੰ ਫੜ ਕੇ ਜੇਲ੍ਹ 'ਚ ਪਾਤਾ, ਜੇਲ੍ਹ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡ ਮਨੀ ਭਰਨੀ ਪੈਣੀ ਆ। ਇਹਨੂੰ ਬਲੱਡ ਮਨੀ ਪੈ ਗਈ ਆ, ਸਮਝ ਲਓ ਤਕਰੀਬਨ 2,10,000 ਦਰਾਮ, ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ। ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ, ਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ ਇਹਦੀ ਮਦਦ ਕਰਨੀ ਆਪਾਂ। ਇੱਕੋ ਇੱਕ ਜੰਜੀ ਦਾ ਸਹਾਰਾ, ਹੋਰਿਆਂ ਦੇ ਪਾਸ ਕੋਈ ਜ਼ਮੀਨ ਨਹੀਂ, ਜਾਇਦਾਦ ਨਹੀਂ, ਸਿਰਫ ਕੇਵਲ ਘਰ ਹੀ ਹੈ ਨਾ ਕੋਈ। ਸਰਕਾਰ ਨਾਲ ਗੱਲ ਨਹੀਂ ਕੀਤੀ, ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ? ਸਰਕਾਰ ਨਾਲ ਗੱਲ ਨਹੀਂ ਕੀਤੀ ਜੀ, ਅਸੀਂ ਤਾਂ ਮਤਲਬ ਅਸੀਂ, ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ, ਚਲੋ ਸੰਗਤ ਨੂੰ ਕਹਿੰਦੇ ਆ, ਬਾਕੀ ਸਰਕਾਰ ਨਾਲ ਵੀ ਕਰਾਂਗੇ। ਸਰਕਾਰ ਨਾਲ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ? ਨਹੀਂ ਜੀ, ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ, ਸਾਡੇ ਹੋਰ ਵੀ ਉੱਥੇ ਲਾਗੇ ਲਾਗੇ ਦੇਖਿਆ, ਕਦੇ ਵੀ ਮਤਲਬ ਸਰਕਾਰਾਂ ਸ਼ਹੀਦੀ ਕੀਤੀਆਂ ਹੱਥ ਨਹੀਂ ਪੜਾਉਂਦੀਆਂ, ਪੱਲਾ ਨਹੀਂ ਪੜਾਉਂਦੀਆਂ। ਅੱਛਾ, ਹਾਂ, ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ, ਅਸੀਂ ਇਹ ਕਰਾਂਗੇ, ਉਹ ਕਰਾਂਗੇ, ਪਰ ਸਰਕਾਰਾਂ ਮਦਦ ਕਰਦੀਆਂ, ਸਾਡੀ ਸੰਗਤ ਬਹੁਤ ਮਦਦ ਕਰਦੀ ਬਾਹਰ ਦੇਸ਼ਾਂ ਦੀ। ਲੜਕੀ ਨੂੰ ਤਾਂ ਸਜ਼ਾ ਕੀ ਦਿੱਤੀ ਗਈ ਹੈ? ਸਜ਼ਾ ਉਹਨੂੰ ਦਿੱਤੀ ਗਈ ਆ, ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡ ਮਨੀ ਤੈਨੂੰ ਭਰਨੀ ਪੈਣੀ ਆ, ਕਿਉਂਕਿ ਉਹ ਜੋ ਉਹਨਾਂ ਰੂਲ ਹੈ, ਜੋ ਉਹਨਾਂ ਕਹਿਤਾ ਨਾ, ਉਹਦੇ ਮੁਤਾਬਕ ਉਹਨਾਂ ਕਰਨਾ, ਉੱਥੇ ਢਿੱਲ ਕੋਈ ਨਹੀਂ, ਨਾ ਸੁੱਖ ਵੱਢੀ ਆ, ਨਾ ਕੋਈ ਢਿੱਲਿਆ। ਅਗਰ ਇਹ ਬਲੱਡ ਮਨੀ ਨਹੀਂ ਭਰ ਪਾਉਂਦੇ, ਹਾਂ, ਉੱਥੇ ਸਰਕਾਰ ਨੇ ਕੀ ਸਜ਼ਾ? ਹੋ ਸਕਦਾ ਫਿਰ ਸਜ਼ਾ ਕਰ ਦੇਣਗੇ, ਕੁਛ ਵੀ ਕਰ ਸਕਦੇ ਆ, ਸਜ਼ਾ ਵੀ ਕਰ ਸਕਦੇ ਆ, ਹੋਰ ਵੀ ਕੋਈ ਉਹਦੇ ਸਾਨੂੰ ਉੱਥੇ ਕਾਰਵਾਈ ਕਰ ਸਕਦੇ ਆ। ਕਿੰਨਾ ਟਾਈਮ ਹੋ ਗਿਆ ਉੱਥੇ ਲੜਕੀ ਨੂੰ ਸਜ਼ਾ ਹੋਏ ਨੂੰ? ਮੇਰਾ ਖਿਆਲ ਹੁਣ 2 ਸਾਲ ਹੋ ਗਏ ਆ, 2 ਸਾਲ ਹੋ ਗਏ।
ਹੁਣ 2 ਸਾਲ ਤੋਂ ਉੱਥੇ ਆ। 2 ਸਾਲ ਤੋਂ ਸਰਕਾਰ ਨਾਲ ਟਾਈ ਅਪ ਨਹੀਂ ਕੀਤਾ? ਨਹੀਂ, ਸਰਕਾਰ ਨਾਲ ਅਸੀਂ ਨਹੀਂ ਕੀਤਾ।